ਦਿੱਲੀ 'ਚ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੀਤਾ ਵੱਡਾ ਪ੍ਰਦਰਸ਼ਨ। ਪੁਲਿਸ ਨੇ ਬੈਰੀਕੇਡਿੰਗ ਕਰ ਬੀਜੇਪੀ ਦਫ਼ਤਰ ਦਾ ਘਿਰਾਓ ਕਰਨ ਤੋਂ ਰੋਕਿਆ। ਕੇਜਰੀਵਾਲ ਬੋਲੇ, ਬੀਜੇਪੀ ਨੇ ਚਲਾਇਆ ਆਪਰੇਸ਼ਨ ਝਾੜੂ, ਸਾਡੇ ਵੱਡੇ ਲੀਡਰਾਂ ਨੂੰ ਕਰੇ ਨੇ ਗ੍ਰਿਫ਼ਤਾਰ। ਸੰਗਰੂਰ ਤੋਂ ਕਾਂਗਰਸ ਉਮੀਦਵਾਰ ਸੁਖਪਾਲ ਖਹਿਰਾ ਨੇ ਹਿਮਾਚਲ ਦੀ ਤਰਜ਼ 'ਤੇ ਪ੍ਰਵਾਸੀਆਂ ਦੇ ਖਿਲਾਫ਼ ਕਾਨੂੰਨ ਲਿਆਉਣ ਦੀ ਕੀਤੀ ਮੰਗ। ਬੋਲੇ, ਜੇ ਗੈਰ ਪੰਜਾਬੀ ਇੱਥੇ ਰਹਿਣ ਦਿੱਤੇ ਤਾਂ 15-20 ਸਾਲਾਂ ਦੇ ਵਿੱਚ ਨਹੀਂ ਲੱਭੇਗੀ ਸਿੱਖਾਂ ਦੀ ਆਬਾਦੀ। ਖਹਿਰਾ ਦੇ ਗੈਰ ਪੰਜਾਬੀਆਂ ਵਾਲੇ ਬਿਆਨ 'ਤੇ ਛਿੜਿਆ ਸਿਆਸੀ ਘਮਸਾਨ। ਜਾਖੜ ਬੋਲੇ, ਝੋਨੇ ਦੇ ਸੀਜ਼ਨ ਦੇ ਵਿੱਚ ਅੱਧਾ ਪੰਜਾਬ ਕਰਦਾ ਪ੍ਰਵਾਸੀਆਂ ਦਾ ਇੰਤਜ਼ਾਰ, ਤਾਂ ਰਾਣਾ ਕੇਪੀ ਨੇ ਬਿਆਨ ਨੂੰ ਦੱਸਿਆ ਨਿੱਜੀ। ਬੈਂਸ ਵੱਲੋਂ ਜਾਰੀ ਆਡੀਓ 'ਤੇ ਰਵਨੀਤ ਬਿੱਟੂ ਦਾ ਪਲਟਵਾਰ। ਆਡੀਓ ਨੂੰ ਦੱਸਿਆ ਕਾਂਗਰਸ ਦੀ ਸਾਜ਼, ਸ਼ਿਕਾਇਤ ਕਰਨ ਦੀ ਕਹੀ ਗੱਲ। ਬੈਂਸ ਨੇ ਬਿੱਟੂ ਵੱਲੋਂ ਬੀਜੇਪੀ ਦੇ ਵਿੱਚ ਸ਼ਾਮਲ ਕਰਨ ਦੇ ਲਈ ਪਹੁੰਚ ਕੀਤੇ ਜਾਣ ਦਾ ਕੀਤਾ ਸੀ ਦਾਅਵਾ। ਅੰਮ੍ਰਿਤਪਾਲ ਦੇ ਖਡੂਰ ਸਾਹਿਬ ਤੋਂ ਚੋਣ ਲੜਨ 'ਤੇ ਭੜਕੇ ਰਵਨੀਤ ਬਿੱਟੂ। ਬੋਲੇ, ਪੰਜਾਬ ਨੂੰ ਤੋੜਨ ਵਾਲੇ ਅੰਮ੍ਰਿਤਪਾਲ ਨੂੰ ਜਿਤਾਉਣਾ ਚਾਹੁੰਦੇ ਨੇ, ਜੇ ਪੰਜਾਬ ਦੇ ਵਿੱਚ ਨਹੀਂ ਰਹਿਣਾ ਤਾਂ ਅੰਮ੍ਰਿਤਪਾਲ ਨੂੰ ਪਾ ਦਿਓ ਵੋਟ। ਖਿਦੜਬਾਹਾ ਦੀ ਚੋਣ ਰੈਲੀ ਤੋਂ ਸੁਖਬੀਰ ਸਿੰਘ ਬਾਦਲ ਦਾ ਵਿਰੋਧੀਆਂ 'ਤੇ ਨਿਸ਼ਾਨਾ। ਬੋਲੇ, ਦਿੱਲੀ ਵਾਲੀਆਂ ਪਾਰਟੀਆਂ ਨੂੰ ਸਿਰਫ ਸੱਤਾ ਦੀ ਫਿਕਰ, ਅਕਾਲੀ ਦਲ ਹੀ ਹੈ ਸਿੱਖ ਕੌਮ ਦੀ ਫੌਜ। ਅਕਾਲੀ ਦਲ ਛੱਡ ਕੇ ਆਪ ਦੇ ਵਿੱਚ ਸ਼ਾਮਲ ਹੋਏ ਮਨਜੀਤ ਸਿੰਘ ਸੰਧੂ। ਮੁੱਖ ਮੰਤਰੀ ਮਾਨ ਨੇ ਪਾਰਟੀ ਦੇ ਵਿੱਚ ਕੀਤਾ ਸਵਾਗਤ। ਮੁਕਤਸਰ ਸਾਹਿਬ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਨੇ ਮਨਜੀਤ ਸਿੰਘ ਸੰਧੂ। ਬੀਜੇਪੀ ਨੇ ਪੰਜਾਬ ਦੇ ਵਿੱਚ ਕੀਤੇ ਕੰਮਾਂ ਨੂੰ ਲੈ ਕੇ ਜਾਰੀ ਕੀਤਾ ਬੁੱਕਲੈਟ, ਆਪਣੇ 10 ਸਾਲ ਦੇ ਕੰਮਾਂ ਦਾ ਦਿੱਤਾ ਬਿਓਰਾ। ਜਾਖੜ ਬੋਲੇ, ਮੋਦੀ ਸਰਕਾਰ ਦੀਆਂ ਯੋਜਨਾਵਾਂ 'ਤੇ ਆਪਣੀਆਂ ਫੋਟੋਆਂ ਲਗਾ ਕੇ ਵਾਹ ਵਾਹੀ ਲੁੱਟ ਰਹੀ ਹੈ ਆਪ। ਯੂਪੀ ਦੇ ਫੂਲਪੁਰ ਦੇ ਵਿੱਚ ਰਾਹੁਲ ਗਾਂਧੀ ਅਤੇ ਅਖਿਲੇਸ਼ ਯਾਦਵ ਦੀ ਰੈਲੀ ਦੇ ਵਿੱਚ ਭਾਰੀ ਹੰਗਾਮਾ। ਬੈਰੀਕੇਡਿੰਗ ਤੋੜ ਕੇ ਮੰਚ ਦੇ ਨੇੜੇ ਪਹੁੰਚੇ ਵਰਕਰ, ਰੈਲੀ ਕੀਤੇ ਬਿਨਾਂ ਹੀ ਨਿਕਲੇ ਰਾਹੁਲ ਅਤੇ ਅਖਿਲੇਸ਼। ਪੰਜਾਬ 'ਚ ਚੋਣ ਮੁਹਿੰਮ ਭਖਾਉਣਗੇ ਪ੍ਰਧਾਨ ਮੰਤਰੀ ਮੋਦੀ। 23 ਮਈ ਨੂੰ ਪਟਿਆਲਾ ਦੇ ਵਿੱਚ PM ਦੀ ਪਹਿਲੀ ਰੈਲੀ, 24 ਤਰੀਕ ਨੂੰ ਗੁਰਦਾਸਪੁਰ ਅਤੇ ਜਲੰਧਰ ਦੇ ਵਿੱਚ ਕਰਨਗੇ ਪ੍ਰਚਾਰ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ, ਮੈਂ ਪਰਮਿੰਦਰ ਸਿੰਘ ਤੇਜਾ, ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ। ਰਾਹੁਲ ਗਾਂਧੀ ਤੇ ਅਖਿਲੇਸ਼ ਯਾਦਵ ਦੀ ਰੈਲੀ ਦੇ ਵਿੱਚ ਭਾਰੀ ਹੰਗਾਮਾ ਹੋਇਆ। ਯੂਪੀ ਦੇ ਫੂਲਪੁਰ ਦੇ ਵਿੱਚ ਰੈਲੀ 'ਚ ਹੰਗਾਮੇ ਦੀਆਂ ਤਸਵੀਰਾਂ ਜੋ ਕਿ ਆਈਆਂ ਨੇ, ਰੈਲੀ ਕੀਤੇ ਬਿਨਾਂ ਹੀ ਰਾਹੁਲ ਗਾਂਧੀ ਤੇ ਅਖਿਲੇਸ਼ ਉੱਥੋਂ ਨਿਕਲ ਗਏ, ਬੈਰੀਕੇਡਿੰਗ ਤੋੜ ਕੇ ਮੰਚ ਦੇ ਨੇੜੇ ਵਰਕਰ ਬਿਲਕੁਲ ਪਹੁੰਚ ਜਾਂਦੇ। ਦਰਅਸਲ ਜਦੋਂ ਅਖਿਲੇਸ਼ ਯਾਦਵ ਦੇ ਵੱਲੋਂ ਇਸ ਰੈਲੀ ਨੂੰ ਸੰਬੋਧਨ ਕੀਤਾ ਜਾ ਰਿਹਾ ਸੀ, ਤਾਂ ਇਸੇ ਦੌਰਾਨ ਹੰਗਾਮੇ ਦੀਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੁੰਦੀਆਂ ਨੇ, ਜੋ ਬੈਰੀਕੇਡਿੰਗ ਪੁਲਿਸ ਦੇ ਵੱਲੋਂ ਕੀਤੀ ਗਈ ਸੀ, ਬੈਰੀਕੇਡਿੰਗ ਤੋੜ ਕੇ ਕਿਵੇਂ ਵਰਕਰ ਭੱਜਦੇ ਹੋਏ ਅੱਗੇ ਵੱਧਦੇ ਹੋਏ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ। ਅਤੇ ਜਦੋਂ ਮੰਚ 'ਤੇ ਅਖਿਲੇਸ਼ ਯਾਦਵ ਵੀ ਮੌਜੂਦ ਸਨ, ਰਾਹੁਲ ਗਾਂਧੀ ਵੀ ਮੌਜੂਦ ਸਨ, ਤਾਂ ਉਸ ਮੰਚ ਦੇ ਬਿਲਕੁਲ ਨੇੜੇ ਇਹ ਵਰਕਰ ਪਹੁੰਚ ਜਾਂਦੇ ਨੇ, ਹੰਗਾਮੇ ਦੀਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਦਰਅਸਲ ਯੂਪੀ ਦੇ ਫੂਲਪੁਰ ਦੇ ਵਿੱਚ ਇਹ ਰੈਲੀ ਰੱਖੀ ਗਈ ਸੀ, ਇੱਥੇ ਕਿ ਰਾਹੁਲ ਗਾਂਧੀ ਅਤੇ ਅਖਿਲੇਸ਼ ਯਾਦਵ ਪਹੁੰਚੇ ਹੋਏ ਸਨ, ਅਤੇ ਇਸੇ ਦੌਰਾਨ ਹੰਗਾਮੇ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੁੰਦੀਆਂ ਨੇ, ਜਦੋਂ ਪੁਲਿਸ ਦੇ ਵੱਲੋਂ ਬੈਰੀਕੇਡਿੰਗ ਕੀਤੀ ਗਈ ਸੀ। ਬੈਰੀਕੇਡਿੰਗ ਨੂੰ ਇਹਨਾਂ ਵਰਕਰਾਂ ਦੇ ਵੱਲੋਂ ਤੋੜਿਆ ਜਾਂਦਾ ਹੈ, ਅੱਗੇ ਵੱਧਦੇ ਨੇ ਅਤੇ ਮੰਚ ਦੇ ਬਿਲਕੁਲ ਨੇੜੇ ਇਹ ਵਰਕਰ ਪਹੁੰਚ ਜਾਂਦੇ ਨੇ, ਅਤੇ ਇਸ ਦੇ ਚੱਲਦਿਆਂ ਰੈਲੀ ਕੀਤੇ ਬਿਨਾਂ ਹੀ ਰਾਹੁਲ ਗਾਂਧੀ ਅਤੇ ਅਖਿਲੇਸ਼ ਨੂੰ ਉੱਥੋਂ ਨਿਕਲਣਾ ਪਿਆ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਵਰਕਰ ਇਸ ਰੈਲੀ ਦੇ ਵਿੱਚ ਪਹੁੰਚੇ ਸਨ, ਤਾਂ ਵੱਡੀ ਗਿਣਤੀ ਵਿੱਚ ਵਰਕਰ ਜਿਹੜੇ ਬੈਰੀਕੇਡਿੰਗ ਤੋੜ ਕੇ ਮੰਚ ਦੇ ਬਿਲਕੁਲ ਨੇੜੇ ਪਹੁੰਚ ਗਏ, ਜੋ ਕਿ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਕਿਵੇਂ ਭੱਜਣ ਵਾਲਾ ਮਾਹੌਲ ਸਾਫ਼ ਤੌਰ 'ਤੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ। ਵਰਕਰ ਲਗਾਤਾਰ ਭੱਜਦੇ ਹੋਏ ਅੱਗੇ ਵੱਧਦੇ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੇ ਨੇ।
ਬੀਜੇਪੀ ਦੇ ਫੁੱਲਪੁਰ ਦੀਆਂ ਤੁਹਾਨੂੰ ਅਸੀਂ ਇਹ ਤਸਵੀਰਾਂ ਵਿਖਾ ਰਹੇ ਹਾਂ। ਦਰਅਸਲ ਰਾਹੁਲ ਗਾਂਧੀ ਅਤੇ ਅਖਿਲੇਸ਼ ਯਾਦਵ ਦੀ ਇੱਥੇ ਇੱਕ ਰੈਲੀ ਰੱਖੀ ਗਈ ਸੀ। ਰਾਹੁਲ ਗਾਂਧੀ ਅਖਿਲੇਸ਼ ਯਾਦਵ ਮੰਚ 'ਤੇ ਮੌਜੂਦ ਸਨ। ਇਸੇ ਦੌਰਾਨ ਵੱਡਾ ਜਮਾਵੜਾ ਸੀਗਾ ਵਰਕਰਾਂ ਦਾ, ਪੁਲਿਸ ਦੇ ਵੱਲੋਂ ਬੈਰੀਕੇਡਿੰਗ ਵੀ ਕੀਤੀ ਗਈ ਸੀ ਅਤੇ ਬੈਰੀਕੇਡਿੰਗ ਤੋੜ ਕੇ ਵਰਕਰ ਮੰਚ ਦੇ ਬਿਲਕੁਲ ਨੇੜੇ ਪਹੁੰਚ ਜਾਂਦੇ ਨੇ, ਜੋ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ। ਇੱਕ ਪਾਸੇ ਤੁਹਾਨੂੰ ਮੰਚ ਦੀਆਂ ਤਸਵੀਰਾਂ ਵਿਖਾ ਰਹੇ ਹਾਂ, ਇੱਥੇ ਇੱਕ ਰਾਹੁਲ ਗਾਂਧੀ ਅਤੇ ਅਖਿਲੇਸ਼ ਯਾਦਵ ਮੰਚ 'ਤੇ ਨਜ਼ਰ ਆ ਰਹੇ ਨੇ। ਦੂਜੇ ਪਾਸੇ ਭੱਜ ਵਾਲਾ ਮਾਹੌਲ ਜਿਹੜਾ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਕਿ ਕਿਵੇਂ ਵਰਕਰ ਭੱਜਦੇ ਹੋਏ ਅੱਗੇ ਵੱਧਦੇ ਹੋਏ ਨਜ਼ਰ ਆ ਰਹੇ ਹਨ। ਅਤੇ ਜਿਸ ਮੰਚ 'ਤੇ ਰਾਹੁਲ ਗਾਂਧੀ ਅਖਿਲੇਸ਼ ਯਾਦਵ ਮੌਜੂਦ ਸਨ, ਉਸਦੇ ਮੰਚ 'ਤੇ ਬਿਲਕੁਲ ਨੇੜੇ ਇਹ ਵਰਕਰ ਪਹੁੰਚ ਜਾਂਦੇ ਨੇ। ਤਾਂ ਸੁਰੱਖਿਆ ਦੇ ਲਿਹਾਜ਼ ਦੇ ਨਾਲ ਆਖਿਰਕਾਰ ਰਾਹੁਲ ਗਾਂਧੀ ਅਤੇ ਅਖਿਲੇਸ਼ ਯਾਦਵ ਨੂੰ ਰੈਲੀ ਵਿੱਚ ਛੱਡ ਕੇ ਉੱਥੋਂ ਜਾਣਾ ਪਿਆ। ਇਹ ਤਸਵੀਰਾਂ ਜੋ ਕਿ ਹੰਗਾਮੇ ਦੀਆਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਰੁੱਖ ਕਰਾਂਗੇ ਅਗਲੀ ਵੱਡੀ ਖਬਰ ਦਾ। ਆਡੀਓ ਵਾਇਰਲ ਮਾਮਲੇ 'ਤੇ ਰਵਨੀਤ ਬਿੱਟੂ ਦੇ ਵੱਲੋਂ ਪਲਟਵਾਰ ਕੀਤਾ ਗਿਆ। ਰਵਨੀਤ ਬਿੱਟੂ ਨੇ ਆਡੀਓ ਨੂੰ ਕਾਂਗਰਸ ਦੀ ਸਾਜ਼ਿਸ਼ ਦੱਸਿਆ। ਕਾਂਗਰਸ ਨੇ ਇਹ ਆਡੀਓ ਵਾਲੀ ਸਾਜ਼ਿਸ਼ ਕੀਤੀ ਹੈ। ਕਾਂਗਰਸ ਅਜਿਹੀਆਂ ਛੋਟੀਆਂ ਹਰਕਤਾਂ ਕਰਦੀ ਹੈ, ਜਾਂਚ ਕਰਾਉਣ ਦੇ ਲਈ ਇਸ ਦੀ ਸ਼ਿਕਾਇਤ ਕਰਾਂਗੇ। ਰਵਨੀਤ ਬਿੱਟੂ ਦੇ ਵੱਲੋਂ ਵੀ ਕਿਹਾ ਗਿਆ ਕਿ ਜਾਂਚ ਕਰਾਉਣ ਦੇ ਲਈ ਇਸ ਦੀ ਸ਼ਿਕਾਇਤ ਕੀਤੀ ਜਾਵੇਗੀ, ਸਾਡੇ ਵਕੀਲਾਂ ਵੱਲੋਂ ਇਸ 'ਤੇ ਕੰਮ ਕੀਤਾ ਜਾ ਰਿਹਾ। ਸਿਮਰਜੀਤ ਬੈਂਸ ਨੇ ਸੋਸ਼ਲ ਮੀਡੀਆ 'ਤੇ ਦਰਅਸਲ ਆਡੀਓ ਜਾਰੀ ਕੀਤੀ ਸੀ ਰਵਨੀਤ ਬਿੱਟੂ ਦੇ ਨਾਲ ਗੱਲਬਾਤ ਦੀ ਆਡੀਓ ਦਾ, ਜਿਸ ਦੇ ਵਿੱਚ ਕਿ ਦਾਅਵਾ ਕੀਤਾ ਗਿਆ ਅਤੇ ਉਸ ਤੋਂ ਬਾਅਦ 'ਚੋਂ ਰਵਨੀਤ ਬਿੱਟੂ ਦੇ ਵੱਲੋਂ ਪਲਟਵਾਰ ਕੀਤਾ ਗਿਆ। ਰਵਨੀਤ ਬਿੱਟੂ ਨੇ ਆਡੀਓ ਨੂੰ ਕਾਂਗਰਸ ਦੀ ਸਾਜ਼ਿਸ਼ ਦੱਸਿਆ। ਕਾਂਗਰਸ ਨੇ ਆਡੀਓ ਵਾਲੀ ਸਾਜ਼ਿਸ਼ ਕੀਤੀ ਹੈ, ਇਹ ਕਹਿਣਾ ਰਵਨੀਤ ਬਿੱਟੂ ਦਾ। ਪੀ ਦੇ ਉਮੀਦਵਾਰ ਰਮਨੀਤ ਸਿੰਘ ਬਿੱਟੂ ਲਗਾਤਾਰ ਪ੍ਰਚਾਰ 'ਚ ਜੁਟੇ ਹੋਏ ਨੇ। ਉਸੇ ਦੌਰਾਨ ਬੈਂਸ ਬ੍ਰਦਰ ਵੱਲੋਂ ਇੱਕ ਆਡੀਓ ਜਾਰੀ ਕੀਤੀ ਜਾਂਦੀ ਹੈ, ਜਿਸ ਦੇ ਵਿੱਚ ਰਮਨੀਤ ਸਿੰਘ ਬਿੱਟੂ ਬੀਜੇਪੀ ਦੇ ਖਿਲਾਫ਼ ਵੀ ਬੋਲ ਰਹੇ ਹੁੰਦੇ ਆ ਔਰ ਉਹਨਾਂ ਨੂੰ ਆਪਣੀ ਪਾਰਟੀ 'ਚ ਆਉਣ ਵਾਸਤੇ ਵੀ ਨਿਯੋਤਾ ਦੇ ਰਹੇ ਨੇ। ਮੇਰੇ ਨਾਲ ਰਮਨੀਤ ਸਿੰਘ ਬਿੱਟੂ ਨੇ, ਸਰ ਇੱਕ ਆਡੀਓ ਵਾਇਰਲ ਹੋ ਰਹੀ ਹੈ, ਉਸ ਚੀਜ਼ ਉੱਤੇ ਕੀ ਕਹਿਣਾ ਚਾਹੁੰਗੇ? ਦੇਖੋ, ਮੈਨੂੰ ਵੀ ਤੁਸੀਂ ਉਹ ਦੱਸਿਆ ਮੀਡੀਆ ਨੇ, ਉਹ ਕੋਈ ਆਡੀਓ ਸੁਣੀ ਨਹੀਂ, ਪਰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਆਈ ਟੀ ਡਿਪਾਰਟਮੈਂਟ ਨੂੰ ਇਹਦੀ ਸਾਡੇ ਵਕੀਲ ਨੇ ਜਿਹੜੇ ਉਹ ਸ਼ਿਕਾਇਤ ਤਾਰ ਕਰ ਰਹੇ ਆ ਅਤੇ ਵੀ ਇਹ ਆਡੀਓ, ਕਿਉਂਕਿ ਸਾਡੀ ਆਵਾਜ਼ ਤਾਂ ਸਾਰੇ ਚੈਨਲਾਂ 'ਤੇ ਹੁੰਦੀ ਆ, ਰੋਜ਼ ਅਸੀਂ ਬੋਲਦੇ ਹਾਂ, ਅੱਜ ਕੱਲ੍ਹ ਤਰੋੜ ਮਰੋੜ ਕੇ ਜਿਵੇਂ ਮਰਜ਼ੀ ਪਾਈ ਜਾਓ, ਉਹ ਕਿਸੇ ਨੂੰ ਕੋਈ ਰੋਕ ਥੋੜ੍ਹੀ ਸਕਦਾ। ਅਤੇ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੁਣ ਆਉਣ ਵਾਲੇ 10 ਦਿਨਾਂ 'ਚ ਜਦੋਂ ਇਲੈਕਸ਼ਨ 'ਚ ਸਿੱਧਾ ਰਿਜ਼ਲਟ ਨਹੀਂ ਆਉਂਦੇ, ਫਿਰ ਉਹ ਇਹੋ ਜਿਹੀਆਂ ਚੀਜ਼ਾਂ ਦੀ ਕੋਸ਼ਿਸ਼ ਹੁੰਦੀ ਆ ਅਤੇ ਪਰ ਇਹਦਾ ਜਿਨ੍ਹਾਂ ਨੇ ਵੀ ਇਹ ਆਡੀਓ ਬਣਾਈ ਆ ਜਾਂ ਜਿਹੜੇ ਵੀ ਇਹ ਚੈਨਲਾਂ 'ਤੇ ਆਡੀਓ ਚੱਲੀ ਆ, ਉਹਨਾਂ ਦੇ ਖਿਲਾਫ਼ ਆਈ ਟੀ ਡਿਪਾਰਟਮੈਂਟ ਨੂੰ ਜਾਰੀ ਨੋਟਿਸ ਜਾਰੀ ਕਰਾਂਗੇ ਅਤੇ ਸਾਡੇ ਲਾਇਰ ਇਸ 'ਤੇ ਕੰਮ ਕਰ ਰਹੇ ਹੈ। ਸਿਮਰਜੀਤ ਸਿੰਘ ਬੈਂਸ ਦੇ ਖਿਲਾਫ਼ ਵੀ ਮਾਮਲਾ ਦਰਜ ਕੀਤਾ ਜਾਊਗਾ? ਨਹੀਂ ਨਹੀਂ, ਮੈਂ ਮਾਮਲਾ ਦਰਜ ਕਰਨ ਦੀ ਕੋਈ ਗੱਲ ਕਰ ਰਿਹਾ ਮੈਨੂੰ ਨਾ, ਕਿਉਂਕਿ ਪਤਾ ਹਜੇ ਇਸ ਗੱਲ ਦਾ, ਪਰ ਬੈਂਸ ਸਾਹਿਬ ਹੋਣੀ ਤਾਂ ਅਸੀਂ ਤਾਂ ਸਿੱਧੀ ਲੜਾਈ ਲੜਦੇ ਰਹੇ ਹਾਂ, ਦੋ ਵਾਰ ਇਲੈਕਸ਼ਨਾਂ 'ਚ ਕਦੇ ਵੀ ਇਹੋ ਜਿਹੀਆਂ ਗੱਲਾਂ ਅੱਗੇ ਤਾਂ ਕਦੇ ਆਈਆਂ ਨਹੀਂ ਗੀਆਂ, ਨਾ ਕਦੇ ਆਡੀਓ ਨਾ ਵੀਡੀਓ ਨਾ ਇਹੋ ਜਿਹੀਆਂ ਗੱਲਾਂ, ਡਟ ਕੇ ਲੜਾਈ ਉਹ ਵੀ ਲੜਦੇ ਰਹੇ ਆ, ਮੈਂ ਵੀ ਲੜਦਾ ਰਿਹਾ, ਪਰ ਇਸ ਵਾਰ ਕਾਂਗਰਸ 'ਚ ਜਾਣ ਕਰਕੇ ਮੈਨੂੰ ਲੱਗਦਾ ਵੀ ਕਿਸੇ ਕਾਂਗਰਸ ਹੀ ਨੇ, ਕਿਉਂਕਿ ਉਹਨਾਂ ਦੇ ਕੰਮ ਹੀ ਇਹ ਆ ਛੋਟੀਆਂ ਮੋਟੀਆਂ ਇਹੋ ਜਿਹੀਆਂ ਗੱਲਾਂ ਕਰਨੀਆਂ, ਉਹਨਾਂ ਨੇ ਕੋਈ ਨਾ ਕੋਈ ਇਹ ਜਿਹੜੀ ਵੀਡੀਓ ਆ ਫੇਕ ਜਾਂ ਜਿਹੜੀ ਇਹ ਆਡੀਓ ਆ ਵੀਡੀਓ ਆ ਜਾਂ ਆਡੀਓ ਆ ਇਹ ਕੋਈ ਜਾਰੀ ਕੀਤੀ ਹੋਣੀ ਆ ਅਤੇ ਇਸ ਦਾ ਜਿਹੜਾ ਡਿਪਾਰਟਮੈਂਟ ਦਾ ਨੋਟਿਸ ਲਏਗਾ ਕੋਈ ਵੱਡੀ। ਪਰ ਸਿਮਰ ਜੀ ਬਹਿਸ ਕਰ ਰਹੇ ਨੇ ਕਿ ਤੁਸੀਂ ਵਾਰ ਵਾਰ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਰੇਪਿਸਟ ਕਿਹਾ ਹੋਇਆ, ਰੇਪ ਕਰਨ ਵਾਲਾ ਕਿਹਾ ਹੋਇਆ, ਤਾਂ ਉਸ ਚੀਜ਼ ਦਾ ਉਹਨਾਂ ਨੇ ਕਿਤੇ ਨਾ ਕਿਤੇ ਗੁੱਸਾ ਮੰਨਦੇ ਹੋਏ ਇਹ ਆਡੀਓ ਤੁਹਾਡੀ ਜਿਹੜੀ ਜਾਰੀ ਕੀਤੀ ਹੈ? ਬੇਸ਼ੱਕ ਤੁਹਾਡੀ ਆਪਸ 'ਚ ਗੱਲ ਹੋਈ ਸੀ, ਇਸ ਚੀਜ਼ ਨੂੰ ਲੈ ਕੇ ਉਹਨਾਂ ਨੇ ਜਨਤਕ ਨਹੀਂ ਕਰਨਾ ਸੀ, ਪਰ ਉਹਨਾਂ ਨੇ ਜਨਤਕ ਕਰਨਾ ਪਿਆ ਕਿਉਂਕਿ ਉਹਨਾਂ ਨੂੰ ਤੁਸੀਂ ਵਾਰ ਵਾਰ ਉਹਨਾਂ 'ਤੇ ਰੇਪ ਦਾ ਇਲਜ਼ਾਮ ਲਗਾ ਰਹੇ ਸੀ, ਰੇਪਿਸਟ। ਦੇਖੋ ਗੱਲ ਇਹ ਆ, ਮੈਂ ਤਾਂ ਹਜੇ ਉਹਦੀ ਗੱਲ ਇਹ ਸੁਣੀ ਨਹੀਂ ਵੀ ਕੀ ਆ ਕੀ ਨਹੀਂ ਆ, ਅਸੀਂ ਡਿਪਾਰਟਮੈਂਟ ਨੂੰ ਇਹਦੀ ਸ਼ਿਕਾਇਤ ਕਰਾਂਗੇ ਵੀ ਕੀ ਹੈ ਕਿਹਨੇ ਕੀਤਾ, ਪਰ ਗੱਲ ਇਹ ਆ ਬੀਜੇਪੀ ਜੁਆਇਨ ਕਰਨ ਨੂੰ ਤਾਂ ਅਸੀਂ ਸੈਂਕੜੇ ਟੈਲੀਫੋਨ ਰੋਜ਼ ਕਰਦੇ ਹਾਂ, ਇਹਦੀ ਗੱਲ ਛੱਡੋ, ਇਹ 'ਚ ਮੈਂ ਕੀ ਕਹਿ ਰਿਹਾ ਕੀ ਨਹੀਂ ਜਾਂ ਵੀਡੀਓ ਆਡੀਓ, ਇਹਦੀ ਤਾਂ ਆਈ ਟੀ ਡਿਪਾਰਟਮੈਂਟ ਨਾਲ ਸ਼ਿਕਾਇਤ ਅਸੀਂ ਕਰਕੇ ਅੱਗੇ ਲੀਗਲ ਨੋਟਿਸ ਦੇਵਾਂਗੇ।
ਪਰ ਜੇ ਬੀਜੇਪੀ ਨੂੰ ਤਾਂ ਹਰ ਪਾਰਟੀ ਦਾ ਲੀਡਰ, ਹਰ ਪਾਰਟੀ ਦਾ ਵਰਕਰ ਆਪਣੇ ਲਈ ਜੁਆਇਨ ਕਰਨ ਨੂੰ ਰੋਜ਼ ਸੈਂਕੜੇ ਟੈਲੀਫੋਨ ਕਰਦੇ ਆ ਵੀ ਸਾਹਿਬ ਭਾਈ ਬੀਜੇਪੀ ਜੁਆਇਨ ਕਰੋ, ਸਰਕਾਰ ਬੀਜੇਪੀ ਦੀ ਬਣਨੀ ਆ, ਮੋਦੀ ਜੀ ਆਹ ਕੰਮ ਕਰ ਰਿਹਾ ਚੰਗੇ, ਅਸੀਂ ਪਤਾ ਨਹੀਂ ਕਿੰਨੀ ਵਾਰ ਇਹ ਟੈਲੀਫੋਨ ਰੋਜ਼ ਕਰਦੇ ਹਾਂ, ਕਿੰਨੇ ਪਾਰਟੀਆਂ ਦੇ ਦੂਜੇ ਵਰਕਰਾਂ ਨੂੰ ਲੀਡਰਾਂ ਨੂੰ ਕਰਦੇ ਹਾਂ ਵੀ ਆਓ। ਹੋਰ ਅਸੀਂ ਇਹ ਥੋੜ੍ਹੀ ਕਹਿਣਾ ਵੀ ਦੂਜੀ ਪਾਰਟੀ ਜੁਆਇਨ ਕਰੋ, ਅਸੀਂ ਤਾਂ ਇਹੀ ਕਹਾਂਗੇ ਵੀ ਬੀਜੇਪੀ ਜੁਆਇਨ ਕਰੋ। ਅੰਬ ਅੰਮ੍ਰਿਤਪਾਲ ਦੇ ਖਡੂਰ ਸਾਹਿਬ ਤੋਂ ਚੋਣ ਲੜਨ 'ਤੇ ਰਵਨੀਤ ਬਿੱਟੂ ਭੜਕ ਉੱਠੇ ਨੇ। ਲੁਧਿਆਣਾ ਤੋਂ ਬੀਜੇਪੀ ਉਮੀਦਵਾਰ ਬਿੱਟੂ ਦੇ ਵੱਲੋਂ ਅੰਮ੍ਰਿਤਪਾਲ 'ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ। ਪੰਜਾਬ ਨੂੰ ਤੋੜਨ ਵਾਲੇ ਅੰਮ੍ਰਿਤਪਾਲ ਨੂੰ ਜਿਤਾਉਣਾ ਚਾਹੁੰਦੇ ਨੇ। ਰਵਨੀਤ ਬਿੱਟੂ ਨੇ ਵੱਡਾ ਬਿਆਨ ਦਿੱਤਾ, ਉਹਨਾਂ ਦਾ ਕਹਿਣਾ ਕਿ ਜੇ ਡਿਬਰੂਗੜ੍ਹ ਜੇਲ੍ਹ ਵਾਲਾ ਜਿੱਤ ਗਿਆ ਤਾਂ ਪੰਜਾਬ ਛੱਡਣਾ ਪਵੇਗਾ, ਪੰਜਾਬ ਦੇ ਵਿੱਚ ਰਹਿਣਾ ਤਾਂ ਬੀਜੇਪੀ ਨੂੰ ਵੋਟ ਪਾ ਦੇਣਾ, ਜੇ ਪੰਜਾਬ ਦੇ ਵਿੱਚ ਨਹੀਂ ਰਹਿਣਾ ਤਾਂ ਅੰਮ੍ਰਿਤਪਾਲ ਨੂੰ ਵੋਟ ਪਾ ਦੇਣਾ, ਜੇ ਅੰਮ੍ਰਿਤਪਾਲ MP ਬਣ ਗਿਆ ਤਾਂ ਖੁਦ ਹੀ ਅੰਦਾਜ਼ਾ ਲਗਾ ਲੈਣਾ ਕਿ ਕੀ ਬਣੇਗਾ। ਰਵਨੀਤ ਬਿੱਟੂ ਦੇ ਦਰਅਸਲ ਵੱਡਾ ਬਿਆਨ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਪਾਲ ਜੋ ਕਿ ਖਡੂਰ ਸਾਹਿਬ ਲੋਕ ਸਭਾ ਸੀਟ 'ਤੇ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜ ਰਹੇ ਨੇ, ਤਾਂ ਇਸ ਦੇ ਵਿਚਾਲੇ ਰਵਨੀਤ ਬਿੱਟੂ ਦੇ ਵੱਲੋਂ ਅੰਮ੍ਰਿਤਪਾਲ 'ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ। ਉਹਨਾਂ ਦਾ ਕਹਿਣਾ ਕਿ ਪੰਜਾਬ ਨੂੰ ਤੋੜਨ ਵਾਲੇ ਅੰਮ੍ਰਿਤਪਾਲ ਨੂੰ ਜਿਤਾਉਣਾ ਚਾਹੁੰਦੇ ਨੇ। ਇਹਦਾ ਵੀ ਫਰਕ ਅੱਜ ਦੇਖਣਾ ਪਊਗਾ ਲੁਧਿਆਣੇ 'ਚ ਮੋਦੀ ਜੀ ਜਾਂ ਅਮਨ ਸ਼ਾਂਤੀ ਮੇਰੇ ਵਰਗਾ ਜਦੋਂ ਰੌਲਾ ਪਾਉਂਦਾ ਹੈ ਹਮੇਸ਼ਾ ਵੀ ਇਹਨਾਂ ਨੂੰ ਆਵਾਜ਼ ਨਹੀਂ ਚੱਕਣ ਦੇਣੀ ਜਿਹੜੇ ਸਾਡੇ ਬੱਚਿਆਂ ਨੂੰ ਕਦੇ ਬੰਬ ਬਲਾਸਟ ਕਰ ਸਕਦੇ ਆ, ਸਾਡੇ ਟ੍ਰੇਨਾਂ 'ਚੋਂ ਲਾ ਕੇ ਮਾਰ ਸਕਦੇ ਆ, ਥੀਏਟਰਾਂ 'ਚ ਬੰਬ ਲਾ ਸਕਦੇ ਆ, ਉਹ ਅੰਮ੍ਰਿਤਪਾਲ ਵਰਗਾ ਅੱਜ ਖਡੂਰ ਸਾਹਿਬ ਤੋਂ ਇਲੈਕਸ਼ਨ ਲੜ ਰਿਹਾ। ਤੇ ਪੰਜਾਬ 'ਚ ਦੇਖਣਾ ਪਊਗਾ ਇਸ ਵਾਰ ਵੀ ਪੰਜਾਬ ਅਮਨ ਸ਼ਾਂਤੀ ਲਿਆਉਣ ਵਾਲੇ ਬੇਅੰਤ ਸਿੰਘ ਜਾਂ ਮੋਦੀ ਜੀ ਨਾਲ ਖੜਦੇ ਆ ਜਾਂ ਪੰਜਾਬ ਦੇ ਲੋਕ ਅੰਮ੍ਰਿਤਪਾਲ ਨਾਲ ਖੜਦੇ। ਉੱਥੇ ਵੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਪਤਾ ਕਰ ਲਿਓ ਜਿੰਨੀਆਂ ਏਜੰਸੀਆਂ ਜਿੰਨੇ ਪੰਜਾਬ ਨੂੰ ਤੋੜਨ ਵਾਲੇ ਲੋਕ ਨੇ ਅੰਮ੍ਰਿਤਪਾਲ ਨੂੰ ਜਿਤਾਉਣ ਦੀ ਕੋਸ਼ਿਸ਼ ਕਰ ਰਹੇ ਆ ਖਡੂਰ ਸਾਹਿਬ। ਇਹ ਵੀ ਪਤਾ ਲੱਗ ਜਾਣਾ ਵੀ ਪੰਜਾਬ ਰਹਿਣਾ ਕਿੱਧਰ, ਜੇ ਉਹ ਜਿੱਤ ਗਿਆ ਜਿਹੜਾ ਡਿਬਰੂਗੜ੍ਹ ਜੇਲ੍ਹ 'ਚ ਆ ਫਿਰ ਪੰਜਾਬ 'ਚ ਰਹਿਣ ਦੀ ਲੋੜ ਨਹੀਂ ਆ, ਫਿਰ ਪੰਜਾਬ ਛੱਡਣਾ ਪਊਗਾ। ਇਹ ਮੈਂ ਐਵੇਂ ਨਹੀਂ ਕਹਿ ਰਿਹਾ, ਉਹ ਤਾਂ ਦੁਬਾਰਾ ਲੈ ਆਇਆ ਸੀ ਜੇ ਮੋਦੀ ਸਾਹਿਬ ਯੋਗੀ ਸਾਹਿਬ ਅਮਿਤ ਸ਼ਾਹ ਜੀ ਨਾ ਉਹਨੂੰ ਸਿੱਖਦੇ ਆ, ਜੇ ਉਹ MP ਬਣ ਗਿਆ ਤੇ ਸਾਡੇ ਵਰਗੇ ਉਹਦੇ MP ਨਾ ਬਣੇ ਤੇ ਫਿਰ ਤੁਸੀਂ ਆਪ ਅੰਦਾਜ਼ਾ ਲਾ ਲਿਓ ਕੀ ਹੋਊਗਾ। ਇਹ ਸੀਰੀਅਸ ਗੱਲਾਂ ਹੈ ਸੋਚਣ ਵਾਲੀਆਂ, ਇਹ ਨਹੀਂ ਗੱਲ ਫਲਾਨਾ ਵੀ ਇਹਨੂੰ ਇਮੀਡੀਏਟ ਲੈ ਲਈਏ ਜੀ, ਆਹ ਕਾਂਗਰਸ ਦਾ ਬਣਿੰਗ ਹੈ ਜੀ ਇਹਨੂੰ ਚਾਰ ਵੋਟਾਂ ਪਾ ਦਈਏ, ਚਾਰ ਪੱਪੀ ਨੂੰ ਪਾ ਦਈਏ, ਚਲੋ ਜੀ ਮੂੰਹ ਮਿਲਾ ਜਾ ਇਹ ਖੁਸ਼ ਰੱਖ ਲਈ। ਇਹ ਨਹੀਂ ਚੱਲਣਾ ਇਸ ਵਾਰ, ਅਗਲੇ 5 ਸਾਲ ਇਹ ਪੰਜਾਬ ਦਾ ਫੈਸਲਾ ਹੈ ਵੀ ਤੁਸੀਂ ਪੰਜਾਬ 'ਚ ਰਹਿਣਾ ਚਾਹੁੰਦੇ ਹੋ ਤਾਂ ਮੋਦੀ ਨੂੰ ਪਾ ਲਿਓ, ਜੇ ਨਹੀਂ ਚਾਹੁੰਦੇ ਪਾਉਂਦੇ ਤਾਂ ਅੰਮ੍ਰਿਤਪਾਲ ਵਰਗੇ ਨੇ ਪੰਜਾਬ 'ਚੋਂ ਆਪਾਂ ਨੂੰ ਰਹਿਣ ਨਹੀਂ ਦੇਣਾ। ਉਦੋਂ ਸੁਖਬੀਰ ਸਿੰਘ ਬਾਦਲ ਨੇ ਹੰਸਰਾਜ ਹੰਸ 'ਤੇ ਨਿਸ਼ਾਨਾ ਸਾਧਿਆ। ਕਲਾਕਾਰਾਂ ਨੂੰ ਕਿਸਾਨੀ ਬਾਰੇ ਨਹੀਂ ਪਤਾ, ਇਹ AC ਦੇ ਵਿੱਚ ਰਹਿਣ ਵਾਲੇ ਨੇ, ਧੁੱਪ ਦੇ ਵਿੱਚ ਕਦੇ ਵੀ ਨਿਕਲੇ ਨਹੀਂ। ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕਿਹਾ ਗਿਆ ਕਿ ਇਹਨਾਂ ਨੂੰ ਕਿਸਾਨਾਂ ਦੀਆਂ ਤਕਲੀਫਾਂ ਦਾ ਨਹੀਂ ਪਤਾ। ਹੰਸਰਾਜ ਹੰਸ ਤੁਹਾਨੂੰ ਦੱਸ ਦਈਏ ਕਿ ਜਿਹੜੇ BJP ਦੇ ਉਮੀਦਵਾਰ ਨੇ ਹਲਕਾ ਫਰੀਦਕੋਟ ਤੋਂ, ਤਾਂ ਇਸ ਦੇ ਵਿਚਾਲੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਉਹਨਾਂ 'ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ। ਉਹਨਾਂ ਦਾ ਕਹਿਣਾ ਕਿ ਕਲਾਕਾਰਾਂ ਨੂੰ ਕਿਸਾਨੀ ਬਾਰੇ ਨਹੀਂ ਪਤਾ, AC ਦੇ ਵਿੱਚ ਰਹਿਣ ਵਾਲੇ ਨੇ, ਧੁੱਪ ਦੇ ਵਿੱਚ ਕਦੇ ਨਿਕਲੇ ਹੀ ਨਹੀਂ। ਸੁਖਬੀਰ ਜੀ ਅੱਜ ਅੱਜ ਧੁੱਪ 'ਚ ਕਿਤੇ ਨਿਕਲੇ ਨੀ, AC 'ਚ ਰਹਿਣ ਵਾਲੇ ਆ ਤੇ ਇਹਨਾਂ ਨੂੰ ਪਤਾ ਨੀ ਕਿਸ ਕਿਹੜੀ ਕਿਸਾਨਾਂ ਨਾਲ।
ਉਧਰ ਦਿੱਲੀ ਦੇ ਵਿੱਚ ਸਿਆਸਤ ਖੂਬ ਪੱਕੀ ਹੋਈ ਹੈ। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਗਿਆ। ਬੀਜੇਪੀ ਹੈੱਡਕੁਆਟਰ ਦੇ ਘਿਰਾਓ ਦੀ ਕੋਸ਼ਿਸ਼ ਕੀਤੀ ਗਈ। ਦਿੱਲੀ ਪੁਲਿਸ ਨੇ ਬੀਜੇਪੀ ਹੈੱਡਕੁਆਟਰ ਦੇ ਵੱਲ ਕੁਝ ਕਰਨ ਤੋਂ ਰੋਕਿਆ। ਕੇਜਰੀਵਾਲ ਦੀ ਅਗਵਾਈ ਦੇ ਵਿੱਚ ਅੱਧੇ ਘੰਟੇ ਤੱਕ ਇਹ ਪ੍ਰਦਰਸ਼ਨ ਕੀਤਾ ਗਿਆ। ਸਾਂਸਦ, ਵਿਧਾਇਕ ਅਤੇ ਵੱਡੀ ਗਿਣਤੀ ਦੇ ਵਿੱਚ ਵਰਕਰ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ। ਰਾਘਵ ਚੱਡਾ ਵੀ ਇੱਕ ਵਕਫੇ ਤੋਂ ਬਾਅਦ ਸਿਆਸੀ ਸਰਗਰਮੀ ਦੇ ਵਿੱਚ ਨਜ਼ਰ ਆਏ, ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ। ਬੀਜੇਪੀ ਨੇ ਸਾਡੇ ਖਿਲਾਫ਼ ਆਪਰੇਸ਼ਨ ਝਾੜੂ ਸ਼ੁਰੂ ਕੀਤਾ। ਅਰਵਿੰਦ ਕੇਜਰੀਵਾਲ ਦੇ ਵੱਡਾ ਬਿਆਨ ਦਿੱਤਾ ਗਿਆ, ਉਹਦਾ ਕਹਿਣਾ ਕਿ ਆਪਰੇਸ਼ਨ ਝਾੜੂ ਦੇ ਤਹਿਤ ਆਪ ਦੇ ਵੱਡੇ ਲੀਡਰਾਂ ਨੂੰ ਗ੍ਰਿਫ਼ਤਾਰ ਕਰ ਰਹੇ ਨੇ। ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਬੈਂਕ ਅਕਾਊਂਟ ਸੀਜ਼ ਕਰ ਦੇਣਗੇ, ਚੋਣਾਂ ਤੋਂ ਬਾਅਦ ਸਾਡਾ ਦਫ਼ਤਰ ਵੀ ਖਾਲੀ ਕਰਵਾ ਦੇਣਗੇ। ਇਹ ਵੱਡਾ ਹਮਲਾ ਬੀਜੇਪੀ ਅਤੇ ਅਰਵਿੰਦ ਕੇਜਰੀਵਾਲ ਜਦੋਂ ਬੋਲਿਆ ਗਿਆ, ਉਹਨਾਂ ਨੇ ਕਿਹਾ ਕਿ ਸਾਡੇ ਲੀਡਰਾਂ ਨੂੰ ਗ੍ਰਿਫ਼ਤਾਰ ਕਰ ਲਵੋਗੇ ਪਰ ਵਿਚਾਰਾਂ ਨੂੰ ਨਹੀਂ। ਅਤੇ ਹੁਣ ਇਹ ਕਹਿ ਰਹੇ ਨੇ ਕਿ ਰਾਘਵ ਚੱਡਾ ਨੂੰ ਗ੍ਰਿਫ਼ਤਾਰ ਕਰਾਂਗੇ। ਅਸੀਂ ਹੁਣ ਮਹਿਲਾਵਾਂ ਨੂੰ 1,000 ਰੁਪਏ ਦੇਣ ਜਾ ਰਹੇ ਹਾਂ ਅਰਵਿੰਦ ਕੇਜਰੀਵਾਲ ਦੇ ਵੱਲੋਂ। ਇਸ ਦੌਰਾਨ ਇਹ ਵੀ ਵੱਡਾ ਬਿਆਨ ਦਿੱਤਾ ਗਿਆ। ਪ੍ਰਧਾਨ ਮੰਤਰੀ ਜੀ ਨੇ ਆਮ ਆਦਮੀ ਪਾਰਟੀ ਕੋ ਪੂਰੀ ਤਰ੍ਹਾਂ ਸੇ ਖਤਮ ਕਰਨੇ ਔਰ ਕੁਚਲਨੇ ਕਾ ਇਰਾਦਾ ਬਣਾਇਆ ਹੈ, ਕ੍ਰਸ਼ ਕਰਨੇ ਕਾ ਇਰਾਦਾ ਬਣਾਇਆ ਹੈ। ਉਸਕੇ ਲਈ ਇਨ ਲੋਗੋ ਨੇ ਏਕ ਆਪਰੇਸ਼ਨ ਚਾਲੂ ਕੀਆ ਹੈ ਆਪਣੇ ਅੰਦਰ, ਜਿਸਕਾ ਨਾਮ ਹੈ ਆਪਰੇਸ਼ਨ ਝਾੜੂ। ਯੇ ਮੁਝੇ ਕੈਸੇ ਪਤਾ ਚਲਾ? ਬਹੁਤ ਸਾਰੇ ਐਸੇ ਲੋਕ ਹੈ ਜੋ ਪ੍ਰਧਾਨ ਮੰਤਰੀ ਜੀ ਸੇ ਮਿਲਨੇ ਜਾਤੇ ਹੈ, ਉਨਮੇ ਸੇ ਕਈ ਐਸੇ ਵੀ ਲੋਕ ਹੈ ਜੋ ਹਮੇ ਵੀ ਜਾਣਤੇ ਹੈ, ਉਨਸੇ ਮਿਲ ਕੇ ਆਤੇ ਹੈ ਔਰ ਹਮੇ ਵੀ ਜਾਣਤੇ ਹੈ। ਸੋ ਉਨਸੇ ਮਿਲ ਕੇ ਆਨੇ ਕੇ ਬਾਅਦ ਵੋ ਹਮੇ ਬਤਾਤੇ ਹੈ, ਉਨ੍ਹੋਂਨੇ ਬਤਾਇਆ ਔਰ ਲਗਭਗ ਸਭ ਲੋਗੋਂ ਕਾ ਏਕ ਹੀ ਵਰਜਨ ਥਾ ਕਿ ਪ੍ਰਧਾਨ ਮੰਤਰੀ ਜੀ ਨੇ ਛੂਟਤੇ ਹੀ ਆਮ ਆਦਮੀ ਪਾਰਟੀ ਕੀ ਬਾਤ ਸ਼ੁਰੂ ਕੀ ਔਰ ਉਨ੍ਹੋਂਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਵਾਲੇ ਬਹੁਤ ਤੇਜ਼ੀ ਸੇ ਬੜ ਰਹੇ ਹੈ। ਇਸਕੇ ਪਹਿਲੇ ਕਿ ਆਮ ਆਦਮੀ ਪਾਰਟੀ ਬੀਜੇਪੀ ਕੇ ਲੀਏ ਚੁਣੌਤੀ ਬਨੇ, ਬੜੀ ਬਨੇ, ਉਸਕੋ ਯਹੀਂ ਪੇ ਕੁਚਲ ਦੇਣਾ ਜ਼ਰੂਰੀ ਹੈ। ਉਸਕੇ ਲਈ ਉਨ੍ਹੋਂਨੇ ਆਪਰੇਸ਼ਨ ਝਾੜੂ ਚਾਲੂ ਕੀਆ ਹੈ। ਇਸ ਆਪਰੇਸ਼ਨ ਝਾੜੂ ਕੇ ਤਹਿਤ ਆਮ ਆਦਮੀ ਪਾਰਟੀ ਕੇ ਬੜੇ ਨੇਤਾਓਂ ਕੋ ਗ੍ਰਿਫ਼ਤਾਰ ਕੀਆ ਜਾਏਗਾ, ਗ੍ਰਿਫ਼ਤਾਰ ਕੀਆ ਜਾ ਰਹਾ ਹੈ। ਆਨੇ ਵਾਲੇ ਸਮੇਂ ਮੇਂ ਆਮ ਆਦਮੀ ਪਾਰਟੀ ਕੇ ਬੈਂਕ ਅਕਾਊਂਟਸ ਕੋ ਸੀਜ਼ ਕੀਆ ਜਾਏਗਾ। ਈਡੀ ਕਾ ਵਕੀਲ ਆਲਰੇਡੀ ਕੋਰਟ ਮੇਂ ਯੇ ਬਿਆਨ ਦੇ ਚੁੱਕਾ ਹੈ ਕਿ ਚੁਣਾਵ ਕੇ ਤੁਰੰਤ ਬਾਅਦ ਆਮ ਆਦਮੀ ਪਾਰਟੀ ਕੇ ਬੈਂਕ ਅਕਾਊਂਟ ਸੀਜ਼ ਕੀਏ ਜਾਏਂਗੇ। ਇਹ ਮੈਂ ਆਪਣੀ ਮਰਜ਼ੀ ਸੇ ਨਹੀਂ ਬੋਲ ਰਹਾ। ਉਨ੍ਹੋਂਨੇ ਕਿਹਾ ਅਭੀ ਸੀਜ਼ ਕਰਨੇ ਥੇ ਲੇਕਿਨ ਅਭੀ ਹਮ ਇਨਕੇ ਸੀਜ਼ ਕਰੇਂਗੇ ਤੋ ਇਨਕੋ ਸਿੰਪਥੀ ਮਿਲੇਗੀ। ਤੋ ਚੁਣਾਵ ਕੇ ਬਾਅਦ ਵੋ ਆਮ ਆਦਮੀ ਪਾਰਟੀ ਕੇ ਬੈਂਕ ਅਕਾਊਂਟ ਸੀਜ਼ ਕਰੇਂਗੇ ਔਰ ਆਮ ਆਦਮੀ ਪਾਰਟੀ ਕੋ ਦਫ਼ਤਰ ਖਾਲੀ ਕਰਾ ਕੇ ਆਮ ਆਦਮੀ ਪਾਰਟੀ ਕੋ ਸੜਕ ਪੇ ਲਾਇਆ ਜਾਏਗਾ। ਇਹ ਤੀਨ ਪਲਾਨ ਇਨ੍ਹੋਂਨੇ ਬਣਾਏ ਹੈ, ਹਮਾਰੇ ਨੇਤਾਓਂ ਕੋ ਗ੍ਰਿਫ਼ਤਾਰ ਕਰਨੇ ਕਾ, ਹਮਾਰੇ ਬੈਂਕ ਅਕਾਊਂਟ ਸੀਜ਼ ਕਰਨੇ ਕਾ, ਹਮਾਰੇ ਦਫ਼ਤਰ ਕੋ ਖਾਲੀ ਕਰਾਨੇ ਕਾ। अरे अगर मार्च निकालना है तो संजय सिंह के घर की तरफ निकालो ना, जिसने एलिगेशन लगाया अरविंद केजरीवाल जी के ऊपर और आम आदमी पार्टी के वैभव के ऊपर कि इन्होंने स्वाति मालीवाल को पीटा है और अरविंद केजरीवाल जिसका संज्ञान ले रहे हैं और कार्रवाई करेंगे। और मार्च निकालना है तो स्वाति मालीवाल के घर पर की तरफ निकालो, जिसको राज्यसभा दी थी और आज तुम्हारे भेद खोल रही है। ये बेईमान लोग हैं। मैंने पहले दिन ही कहा था किसी सूरत में अरविंद केजरीवाल में जुर्रत नहीं है कि वो वैभव कुमार के ऊपर कार्रवाई कर सकें। ये जो आज नौटंकी करी जा रही है प्रदर्शन की, ये केवल इसलिए करी जा रही है, वैभव कुमार को मैसेज दिया जा रहा है कि वैभव हम तेरे साथ खड़े हैं,
हम स्वाति मालीवाल के साथ नहीं खड़े, जो तेरे पास शराब घोटाले के भेद हैं, जो तेरे पास स्कूल घोटाला, बस घोटाला, बिजली घोटाले के भेद हैं, वो पुलिस को नहीं देने, हम तेरे साथ खड़े रहेंगे। अगर अरविंद केजरीवाल जी विवप पे कार्रवाई करते तो विवप तो शाम को ही सारा नंगा कर देता अरविंद केजरीवाल जी को, एक एक भेद खोल देता अरविंद केजरीवाल जी का। अरविंद केजरीवाल जी अपनी धर्मपत्नी की बात को मानने से तो इनकार कर सकते हैं, लेकिन विवप कुमार की बात मानने से इनकार नहीं कर सकते।